ਹਾਂਜੀ ਸਾਥੀਓ ਮੈਂ ਆਸ ਕਰਦਾ ਤੁਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ ਸਾਥੀਓ ਵੀਡੀਓ ਦੇ ਐਕਚੁਅਲ ਟੌਪਿਕ ਦੇ ਉਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹਨਾਂ ਲਾਈਨਸ ਦੇ ਉੱਪਰ ਛੋਟੀ ਡਿਸਕਸ਼ਨ ਕਰਨੀ ਚਾਹੁੰਨਾ ਇਹ ਲਾਈਨਸ ਨੈਪੋਲੀਨ ਹਿਲਦੀ ਬੁੱਕਸ ਦੇ ਵਿੱਚੋਂ ਲਈ ਗਈਆਂ ਜੋ ਮੈਂ ਲਾਸਟ ਵੀਕ ਪੜ੍ਹਨ ਸ਼ੁਰੂ ਕੀਤੀ ਸੀ ਤੇ ਮੈਨੂੰ ਬਹੁਤ ਵਧੀਆ ਲੱਗੀਆਂ ਤਾਂ ਮੈਂ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਣ ਤਾਂ ਆਥਰ ਦੇਖੋ ਕੀ ਕਹਿੰਦਾ ਜੀ ਕਿ ਮੋਰ ਗੋਲਡ ਹੈਜ਼ ਬੀਨ ਮਾਈਂਡ ਫਰੋਮ ਦਾ ਥੌਟਸ ਆਫ men ਦੈਨ ਹੈਜ਼ ਐਵਰ ਬੀਨ ਟੇਕਨ ਫਰੋਮ ਦੀ ਅਰਥ ਬਹੁਤ ਹੀ ਸੋਹਣੀਆ ਲਾਈਨਸ ਨੇ ਦੇਖੋ ਐਂਡ ਬਹੁਤ ਡੂੰਘਾ ਅਰਥ ਹੈ ਇਹਨਾਂ ਦਾ ਕਿ ਉਹਨਾਂ ਸੋਨਾ ਧਰਤੀ ਦੀਆਂ ਖਾਣਾਂ ਦੇ ਵਿੱਚੋਂ ਵੀ ਨਹੀਂ ਨਿਕਲਿਆ ਜਿੰਨਾ ਸੋਨਾ ਮਨੁੱਖ ਦੇ ਵਿਚਾਰਾਂ ਨੇ ਅੱਜ ਤੱਕ ਦੇਖੋ ਪ੍ਰੋਡਿਊਸ ਕੀਤਾ ਦੇਖੋ ਜੀ ਇੱਥੇ ਆਥਰ ਆਪਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਿਸੇ ਵੀ ਪਰਸਨ ਦੀ ਸਕਸੈਸ ਔਰ ਫੇਲਿਅਰ ਡਿਪੈਂਡ ਕਰਦੀ ਹੈ ਜਿਹਦੇ ਥੌਟਸ ਦੇ ਉੱਪਰ ਜੇਕਰ ਤੁਸੀਂ ਪੋਜ਼ਿਟਿਵ ਰਹਿੰਦੇ ਹੋ ਤਾਂ ਤੁਹਾਨੂੰ ਰਿਜ਼ਲਟ ਵੀ ਪੋਸਟਿਵ ਮਿਲਣਗੇ ਠੀਕ ਹੈ ਜੀ ਉਸ ਤਰ੍ਹਾਂ ਦੇ ਤੁਹਾਡੇ ਐਕਸ਼ਨ ਹੋਣਗੇ ਉਸ ਤਰ੍ਹਾਂ ਤੁਹਾਡੇ ਚ ਕੰਫੀਡੈਂਸ ਆਊਗਾ ਐਂਡ ਜੇਕਰ ਤੁਸੀਂ 네ਗੇਟਿਵ ਹੁੰਨੇ ਹੋ 네ਗੇਟਿਵ ਥਾਟਸ ਤੁਹਾਡੇ ਮਾਈਂਡ ਦੇ ਵਿੱਚ ਆਉਂਦੇ ਰਹਿੰਦੇ ਆ ਠੀਕ ਹੈ ਤਾਂ ਉਸ ਤਰ੍ਹਾਂ ਦੇ ਹੀ ਤੁਹਾਡੇ ਐਕਸ਼ਨ ਹੋ ਜਾਣਗੇ ਉਸੇ ਤਰ੍ਹਾਂ ਤੁਸੀਂ ਡਾਊਨ ਫੀਲ ਕਰੋਗੇ ਐਂਡ ਉਸੇ ਤਰ੍ਹਾਂ ਦੇ ਸਿੱਟੇ ਹੀ ਤੁਹਾਨੂੰ ਮਿਲਣਗੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਦੇ ਮੋਸਟ ਹਾਈਪਡ ਐਗਜ਼ਾਮ ਨੇ ਲਾਈਕ ਪਟਵਾਰੀ ਹੋ ਗਿਆ ਐ ਐਕਸਾਈਨ ਇੰਸਪੈਕਟਰ ਹੋ ਗਿਆ ਨੈਪ ਤਹਿਸੀਲਦਾਰ ਹੋ ਗਿਆ ਉਹ ਨੀਅਰ ਫਿਊਚਰ ਦੇ ਵਿੱਚ ਹੋਣ ਵਾਲੇ ਆ ਠੀਕ ਹੈ ਬਹੁਤ ਸਾਰੇ ਐਸਪੀਰੈਂਟ ਹਨ ਤਿਆਰੀ ਕਰ ਰਹੇ ਸੋ ਇਸ ਕਰਕੇ ਜੇਕਰ ਤੁਸੀਂ ਉਹਨਾਂ ਐਗਜ਼ਾਮੀਨੇਸ਼ਨਸ ਦੇ ਬਾਰੇ ਆਪਣੀ ਜਿਹੜੀ ਥੌਟ ਪ੍ਰੋਸੈਸ ਉਹਨੂੰ ਪੋਜ਼ਿਟਿਵ ਰੱਖੋਗੇ ਕਿ ਹਾਂ ਮੈਂ ਪੇਪਰ ਕਲੀਅਰ ਕਰੂੰਗਾ ਮੈਂ ਕਰ ਸਕਦਾ ਆਪਦੇ ਪੁਰਾਣੇ ਫੇਲੀਅਰਸ ਨੂੰ ਪਾਸੇ ਰੱਖ ਕੇ ਠੀਕ ਹੈ ਜੀ ਸੋ ਜੇਕਰ ਤੁਸੀਂ ਪੋਜ਼ਿਟਿਵ ਰਹਿ ਕੇ ਆਪਦੀ ਪ੍ਰੈਪਰੇਸ਼ਨ ਕਰੋਗੇ ਆਪਦੀ ਰਿਵੀਜ਼ਨ ਨੂੰ ਚਲਾਓਗੇ ਤਾਂ ਤੁਹਾਨੂੰ ਉਸੇ ਤਰ੍ਹਾਂ ਹੀ ਜਿਹੜੇ ਰਿਜ਼ਲਟ ਆ ਬਹੁਤ ਵਧੀਆ ਮਿਲਣਗੇ ਤੁਸੀਂ ਉਹ ਕੌਨਫੀਡੈਂਸ ਨਾਲ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਜਾ ਕੇ ਫੀਲ ਕਰੋਗੇ ਠੀਕ ਹੈ ਜੀ ਲੇਕਿਨ ਜੇਕਰ ਤੁਸੀਂ ਉਹ ਜਿਹੜੀਆਂ ਪੁਰਾਣੀਆਂ ਫੇਲਿਅਰਸ ਹੈਗੀਆਂ ਤੁਹਾਡੀਆਂ ਉਹਨਾਂ ਨੂੰ ਹੀ ਤੁਸੀਂ ਆਪਦੇ ਨਾਲ ਰੱਖ ਰਹੇ ਹੋ ਉਹਨਾਂ ਬਾਰੇ ਹੀ ਸੋਚ ਰਹੇ ਹੋ ਤਾਂ ਤੁਹਾਨੂੰ ਉਸ ਤਰ੍ਹਾਂ ਦੇ ਸਿੱਟੇ ਨਹੀਂ ਮਿਲਣੇ ਹੈਗੇ ਜਿਸ ਤਰ੍ਹਾਂ ਸਿੱਟੇ ਤੁਹਾਨੂੰ ਮਿਲਣੇ ਚਾਹੀਦੇ ਆ ਸੋ ਇਸ ਕਰਕੇ ਆਪਦੇ ਆਪ ਉੱਪਰ ਫੇਥ ਰੱਖੋ ਆਪਦੇ ਆਪ ਨੂੰ ਕਹੋ ਕਿ ਯੈਸ ਆਈ ਕੈਨ ਮੈਂ ਕਰ ਸਕਦਾ ਠੀਕ ਹੈ ਨਾ ਸੋ ਦੇਖੋ ਇਹ ਤੁਹਾਡਾ ਟਾਈਮ ਹੈਗਾ ਜ਼ਿੰਦਗੀ ਦੇ ਵਿੱਚ ਮੌਕੇ ਵਾਰ-ਵਾਰ ਨਹੀਂ ਮਿਲਦੇ ਹੁੰਦੇ ਸੋ ਦਿਸ ਇਜ਼ ਯੂਅਰ ਚਾਂਸ ਦਿਸ ਇਜ਼ ਯੂਅਰ ਓਪਰਚ्युनिटी ਸੋ ਗ੍ਰੈਬ ਦਿਸ ਓਪਰਚ्युनिटी ਠੀਕ ਹੈ ਜੀ ਸੋ ਇਸ ਕਰਕੇ ਜੋ ਵੀ ਮੌਕੇ ਤੁਹਾਨੂੰ ਮਿਲ ਰਹੇ ਆ ਉਹਨਾਂ ਮੌਕਿਆਂ ਨੂੰ ਪੋਜ਼ਿਟਿਵ ਰਹਿ ਕੇ ਆਪਦੇ ਆਪ ਦੇ ਪੱਖ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਸੋ ਅੱਗੇ ਹੁਣ ਆਪਾਂ ਚੱਲਦੇ ਹੈਗੇ ਨੀ ਵੀਡੀਓ ਦੇ ਟੌਪਿਕ ਦੇ ਉੱਪਰ ਜਿਵੇਂ ਮੈਂ ਤੁਹਾਨੂੰ ਕਿਹਾ ਹੀ ਸੀਗਾ ਕਿ ਮੋਸਟ ਹਾਈਪਡ ਐਗਜ਼ਾਮ ਜਿਹੜੇ ਹੈਗੇ ਆ ਪੰਜਾਬ ਦੇ ਉਹ ਨੀਅਰ ਫਿਊਚਰ ਦੇ ਵਿੱਚ ਹੋਣ ਵਾਲੇ ਆ ਸੋ ਇਸ ਕਰਕੇ ਥੋੜੀਆਂ ਜਿਹੀਆਂ ਗੱਲਾਂ ਮੈਂ ਚਾਹੁੰਦਾ ਸੀ ਕਿ ਮੈਂ ਤੁਹਾਡੇ ਨਾਲ ਡਿਸਕਸ ਕਰਾਂ ਸੋ ਥੈਟ ਕਿ ਤੁਹਾਨੂੰ ਆਪਣੀ ਜੋ ਪ੍ਰੈਪਰੇਸ਼ਨ ਆ ਉਹਨੂੰ ਅਲਾਈਨ ਕਰਨ ਵਿੱਚ ਹੈਲਪ ਹੋਵੇ ਠੀਕ ਹੈ ਜੀ ਸੋ ਇਹਨਾਂ ਛੋਟੀਆਂ ਜਿਹੀਆਂ ਗੱਲਾਂ ਤੁਸੀਂ ਧਿਆਨ ਜ਼ਰੂਰ ਰੱਖਣਾ ਹੈਗਾ ਸੋ ਫਰਸਟ ਫਰਸਟ ਆਫ 올 ਸਰ ਨੂੰ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਧਿਆਨ ਰੱਖਣੀ ਹੈਗੀ ਹੈ ਜੀ ਉਹ ਇਹ ਦੇਖਣਾ ਹੈਗਾ ਕਿ ਤੁਹਾਡੇ ਸਿਲੇਬਸ ਦਾ ਹਰ ਇੱਕ ਕੰਪੋਨੈਂਟ ਕਵਰ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਕੋਈ ਵੀ ਕੰਪੋਨੈਂਟ ਤੁਸੀਂ ਅਨਕਵਰਡ ਨਹੀਂ ਛੱਡਣਾ ਹੈਗਾ ਠੀਕ ਹੈ ਨਾ ਬਿਕੋਜ਼ ਆਪਾਂ ਨੂੰ ਪਤਾ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਸੋ ਇਸ ਕਰਕੇ ਜੇਕਰ ਤੁਸੀਂ ਕੰਪੀਟੀਸ਼ਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਮੇਕ ਸ਼ੋਰ ਕਰੋ ਕਿ ਸਿਲੇਬਸ ਦਾ ਐਵਰੀ ਪਾਰਟ ਤੁਸੀਂ ਕੰਪਲੀਟ ਕੀਤਾ ਹੋਇਆ ਸੋ ਜੇ ਤੁਸੀਂ ਹੁਣੇ ਹੀ ਆਪਦਾ ਸਿਲੇਬਸ ਚੱਕੋ ਐਂਡ ਉਸ ਸਿਲੇਬਸ ਦੇ ਉੱਪਰ ਟਿਕ ਮਾਰਕ ਕਰੋ ਕਿ ਪਾਲਿਟੀ ਦਾ ਸਾਰਾ ਕੰਪੋਨੈਂਟ ਤੁਹਾਡਾ ਹੋ ਚੁੱਕਿਆ ਹੈ ਹਿਸਟਰੀ ਸਾਰਾ ਕੰਪੋਨੈਂਟ ਤੁਹਾਡਾ ਹੋ ਚੁੱਕਿਆ ਹੈ ਮੈਥ ਸਟੋਪਿਕਸ ਤੁਹਾਡੇ ਸਾਰੇ ਕੰਪਲੀਟ ਹੋ ਚੁੱਕੇ ਨੇ ਠੀਕ ਹੈ ਨਾ ਇਸ ਤਰ੍ਹਾਂ ਅਦਰ ਜਿੰਨੇ ਵੀ ਕੰਪੋਨੈਂਟ ਹੈਗੇ ਨੇ ਸਾਰਿਆਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਐਂਡ ਸਮ ਟਾਈਮਸ ਕੀ ਹੁੰਦਾ ਕਿ ਸਾਨੂੰ ਸਿਲੇਬਸ ਦੇ ਕੁਝ ਕੰਪੋਨੈਂਟ ਔਖੇ ਲੱਗਦੇ ਹੁੰਦੇ ਜਿਵੇਂ ਮੈਂ ਪਰਸਨਲੀ ਗੱਲ ਕਰਾਂ ਤਾਂ ਮੈਨੂੰ ਸਾਇੰਸ ਔਖੀ ਲੱਗਦੀ ਹੈ ਠੀਕ ਹੈ ਨਾ ਸੋ ਇਸ ਤਰ੍ਹਾਂ ਦੇ ਦੇਖੋ ਜਿਹੜੇ ਟੋਪਿਕ ਹੁੰਦੇ ਆ ਉਹਨਾਂ ਨੂੰ ਤੁਸੀਂ ਬਿਲਕੁਲ ਵੀ ਨੈਗਲੈਕਟ ਨਹੀਂ ਕਰਨਾ ਹੈਗਾ ਇਹ ਨਹੀਂ ਹੈਗਾ ਕਿ ਜੇਕਰ ਤੁਹਾਨੂੰ ਸਾਇੰਸ ਸੌਖੀ ਲੱਗਦੀ ਹੈ ਸਾਇੰਸ ਤੁਸੀਂ ਬਿਲਕੁਲ ਹੀ ਛੱਡ ਦੇਣੀ ਹੈ ਨਹੀਂ ਜੀ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਜੇਕਰ ਤੁਹਾਡਾ ਸਿਲੇਬਸ ਦਾ ਕੋਈ ਵੀ ਕੰਪੋਨੈਂਟ ਅਨਕਵਰਡ ਰਹਿ ਗਿਆ ਹੈਗਾ ਤਾਂ ਮੇਕ ਸ਼ੋਰ ਕਰੋ ਕਿ ਜਿਹੜੇ ਆਉਣ ਵਾਲੇ ਹਫ਼ਤਾ ਜਾਂ 10 ਦਿਨ ਹੈਗੇ ਉਹਨਾਂ ਦੇ ਵਿੱਚ ਵਿੱਚ ਉਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਪਟਵਾਰੀ ਦਾ ਐਗਜ਼ਾਮ 14 ਤਰੀਕ ਨੂੰ ਹੋਣ ਜਾ ਰਿਹਾ ਤਾਂ ਮੇਕ ਸ਼ੋਰ ਕਰੋ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਕੰਪੋਨੈਂਟ ਤੁਹਾਡਾ ਹੈਗਾ ਉਹਨੂੰ ਕੰਪਲੀਟ ਕਰੋ ਘੰਟਾ-ਘੰਟਾ ਤੁਸੀਂ ਆਪਦੇ ਸਕੇਡਿਊਲ ਦੇ ਵਿੱਚੋਂ ਉਸ ਕੰਪੋਨੈਂਟ ਜੋ ਤੁਹਾਡਾ ਅਨਕਾਊਂਟ ਰਹਿ ਚੁੱਕਾ ਉਹਨੂੰ ਦੇਖ ਸਕਦੇ ਹੋ ਠੀਕ ਹੈ ਜੀ ਜੇਕਰ ਇੱਕ-ਇੱਕ ਘੰਟਾ ਵੀ ਰੋਜ਼ ਲਾਉਂਗੇ ਤਾਂ 10 ਦਿਨ 10 ਘੰਟੇ ਹੋਗੇ ਐਂਡ 10 ਘੰਟਿਆਂ ਦੇ ਵਿੱਚ ਕੋਈ ਵੀ ਔਖੇ-ਤੌਖੇ ਕੰਪੋਨੈਂਟ ਵੀ ਵਧੀਆ ਵੇਰ ਨਾਲ ਕੰਪਲੀਟ ਕੀਤਾ ਜਾ ਸਕਦਾ ਐਂਡ ਜੇਕਰ ਤੁਹਾਨੂੰ ਕੋਈ ਕੰਪੋਨੈਂਟ ਔਖਾ ਲੱਗਦਾ ਹੈਗਾ ਤਾਂ ਕੋਸ਼ਿਸ਼ ਕਰੋ ਕਿ ਉਹਦੇ MCQ ਕਵਰ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਕਿਉਂਕਿ ਜਦੋਂ ਅਸੀਂ MCQ ਫਾਰਮ ਦੇ ਵਿੱਚ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਦਿਮਾਗ 'ਚ ਇਹਦੀ ਫੱਟ ਵੀ ਬੈਹ ਜਾਂਦੀ ਹੈ ਐਂਡ ਇਸ ਤੋਂ ਇਲਾਵਾ ਉਹਨਾਂ ਨੂੰ ਆਪਾਂ ਲੌਂਗ ਟਰਮ ਤੱਕ ਰੀਟੇਨ ਵੀ ਕਰ ਸਕਦੇ ਹਾਂ ਸੋ ਇਹ ਬੈਸਟ ਵੇ ਹੁੰਦਾ ਥ੍ਰੈਟਿਕਲ ਪਾਰਟ ਨੂੰ ਨਾ ਛੇੜ ਕੇ ਜੋ ਕੰਪੋਨੈਂਟ ਤੁਹਾਡਾ ਔਖਾ ਲੱਗਦਾ ਹੈਗਾ ਉਹਨੂੰ ਹੁਣ ਤੁਸੀਂ ਜਿਹੜੇ ਥੋੜੇ ਦਿਨ ਰਹਿ ਗਏ ਆ ਉਹਨਾਂ ਦੇ ਵਿੱਚ ਐਮਸੀਕਿਊ ਫਾਰਮ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰੋ ਮੀਨਸ ਕਿ ਵੱਧ ਤੋਂ ਵੱਧ ਉਸ ਕੰਪੋਨੈਂਟ ਦੇ ਐਮਸੀਕਿਊ ਸੋਲਵ ਕਰਨ ਦੀ ਕੋਸ਼ਿਸ਼ ਕਰ ਲਓ ਸੋ ਸੈਕੰਡ ਦੇਖੋ ਜਿਹੜੀ ਗੱਲ ਇੰਪੋਰਟੈਂਟ ਹੈਗੀ ਆ ਉਹ ਹੈਗੀ ਹੈ ਜੀ ਕਿ ਆਪਦੇ ਆਪ ਨੂੰ ਹੁਣ ਐਕਸ਼ਨ ਮੋਡ ਦੇ ਵਿੱਚ ਲੈ ਕੇ ਆਉਣਾ ਠੀਕ ਹੈ ਜੀ ਐਕਸ਼ਨ ਮੋਡ ਦੇ ਵਿੱਚ ਤੁਸੀਂ ਕਿਵੇਂ ਲੈ ਕੇ ਆਉਂਗੇ ਕਿਉਂਕਿ ਪੇਪਰ ਦੇ ਵਿੱਚ ਆਪਾਂ ਐਂਡ ਟੂ ਐਂਡ ਜਾ ਕੇ ਐਮਸੀਕਿਊ ਹੀ ਸੋਲਵ ਕਰਨੇ ਆ। ਸੋ ਮੇਕ ਸ਼ੋਰ ਕਰੋ ਕਿ ਡੇਲੀ ਦੇ ਐਟ ਲੀਸਟ 50 ਐਮਸੀਕਿਊ ਤੁਸੀਂ ਡਰੋ ਸੋਲਵ ਕਰੋ। ਠੀਕ ਹੈ ਨਾ? ਆਪਦੇ ਸਕੇਡਿਊਲ ਦੇ ਵਿੱਚੋਂ 30 ਮਿੰਟ ਜਾਂ ਹੋ ਸਕੇ ਤਾਂ 1 ਘੰਟਾ ਤੁਸੀਂ ਐਮਸੀਕਿਊ ਸੋਲਵ ਕਰਨ ਨੂੰ ਪ੍ਰਾਇੋਰਟੀ ਦਿਓ ਜੀ। ਬਿਕੋਜ਼ ਜਦੋਂ ਤੁਸੀਂ ਐਮਸੀਕਿਊ ਸੋਲਵ ਕਰੋਗੇ ਨਾ ਤਾਂ ਇਹ ਤੁਹਾਨੂੰ ਇੱਕ ਕੰਫੀਡੈਂਸ ਦੇਊਗਾ। ਕਿ ਹਾਂ ਮੈਂ MCQ ਵਧੀਆ ਵੇ ਨਾਲ ਸੋਲਵ ਕਰ ਪਾ ਰਿਹਾ ਜੇਕਰ ਤੁਸੀਂ MCQ ਦੇਖੋ ਵਧੀਆ ਵੇ ਨਾਲ ਸੋਲਵ ਨਹੀਂ ਵੀ ਕਰ ਪਾ ਰਹੇ ਨਾ ਤਾਂ ਉਥੋਂ ਵੀ ਤੁਹਾਨੂੰ ਹਿੰਟ ਮਿਲੂਗਾ ਤਾਂ ਉਥੋਂ ਜੇਕਰ ਤੁਹਾਡਾ MCQ ਗਲਤ ਹੋ ਰਿਹਾ ਤਾਂ ਉਹਨੂੰ ਚੰਗੀ ਤਰ੍ਹਾਂ ਐਨਲਾਈਜ਼ ਕਰੋ ਕਿ ਇਹ MCQ ਦਾ ਸਹੀ ਆਨਸਰ ਕੀ ਹੈ ਐਂਡ ਜਿਹੜੀਆਂ ਅਦਰ ਆਪਸ਼ਨਸ ਹੈਗੀਆਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੋ ਮੇਬੀ ਉਹੀ ਕੁਐਸਚਨ ਜਿਹੜਾ ਹੈਗਾ ਉਹ ਤੁਹਾਨੂੰ ਪੇਪਰ ਦੇ ਵਿੱਚ ਆ ਜਾਵੇ ਸੋ MCQ ਸੋਲਵ ਕਰਨ ਦੇਖੋ ਬੈਸਟ ਵੇ ਕੀ ਹੁੰਦਾ ਹੈ ਕਿ ਪ੍ਰੀਵਿਅਸ ਈਅਰ ਕੁਐਸਚਨ ਚੱਕ ਲੋ ਬਹੁਤ ਸਾਰੀਆਂ ਮਾਰਕੀਟ ਦੇ ਬੁੱਕਸ ਅਵੇਲੇਬਲ ਹੈਗੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਜੋ ਪ੍ਰੀਵੀਅਸ ਇਅਰ ਪੇਪਰ ਹੋਏ ਨੇ ਉਹਨਾਂ ਨੂੰ ਵਧੀਆ ਵੇ ਨਾਲ ਸਾਰਾ ਕੰਪਾਈਲ ਕਰਕੇ ਦਿੱਤਾ ਹੋਇਆ ਉਹਨਾਂ ਨੇ ਸੋ ਇਸ ਤਰ੍ਹਾਂ ਦੀ ਬੁੱਕ ਪਰਚੇਸ ਕਰੋ ਜਿਵੇਂ ਇਲੈਕਟ੍ਰਿਕ ਇੰਗਲਿਸ਼ ਦੀ ਬੁੱਕ ਆਈ ਸੀ ਪਿੱਛੇ ਜੀ ਪੰਜਾਬ ਗਵਰਨਮੈਂਟ ਦੇ ਕਾਫੀ ਜਿਹੜੇ ਐਗਜ਼ਾਮ ਹੈਗੇ ਆ ਉਸ ਬੁੱਕ ਦੇ ਵਿੱਚ ਕਵਰ ਕੀਤੇ ਹੋਏ ਸੋ ਇਸ ਤਰ੍ਹਾਂ ਦੀ ਬੁੱਕ ਤੁਸੀਂ ਪਰਚੇਸ ਕਰਕੇ ਉਹਦੇ ਉੱਪਰ ਤੁਸੀਂ ਐਮਸੀਕਿਊ ਜਿਹੜੇ ਹੈਗੇ ਆ ਉਹ ਸੋਲਵ ਕਰ ਸਕਦੇ ਹੋ ਤੁਹਾਡਾ ਦੇਖੋ ਡਿਊਲ ਪਰਪਸ ਸੋਲਵ ਹੋਊਗਾ ਐਮਸੀਕਿਊ ਵੀ ਸੋਲਵ ਹੋ ਜਾਣਗੇ ਐਂਡ ਤੁਹਾਡੇ ਪ੍ਰੀਵੀਅਸ ইয়ার ਕੁਐਸਚਨ ਵੀ ਸੋਲਵ ਹੋ ਜਾਣਗੇ ਬਿਕੋਜ਼ ਇਟਸ ਰੀਲੀ ਇੰਪੋਰਟੈਂਟ ਟੂ ਕਵਰ ਪ੍ਰੀਵੀਅਸ ইয়ার ਕੁਐਸਚਨਸ ਬਿਕੋਜ਼ ਪੰਜਾਬ ਦੇ ਵਿੱਚ ਕੁਐਸਚਨਸ ਰਿਪੀਟ ਬਹੁਤ ਹੁੰਦੇ ਨੇ ਠੀਕ ਹੈ ਜੀ ਸੋ ਮੇਕ ਸ਼ੋਰ ਕਰੋ ਕਿ ਪ੍ਰੀਵੀਅਸ ইয়ার ਕੁਐਸਚਨ ਤੁਸੀਂ ਸੋਲਵ ਕੀਤੇ ਹੋਏ ਥਰਡ ਇੰਪੋਰਟੈਂਟ ਹੈਗਾ ਜੀ ਮੌਕ ਟੈਸਟ ਸੋਲਵ ਕਰਨਾ ਇਟਸ ਰੀਲੀ ਇੰਪੋਰਟੈਂਟ ਕਿ ਤੁਸੀਂ ਮੌਕ ਟੈਸਟ ਜਰੂਰ ਸੋਲਵ ਕੀਤੇ ਹੋਣ ਦੇਖੋ ਮੌਕ ਟੈਸਟ ਦੇ ਬਹੁਤ ਜ਼ਿਆਦਾ ਬੈਨੀਫਿਟਸ ਤੁਹਾਨੂੰ ਮਿਲਣਗੇ ਮੌਕ ਟੈਸਟ ਜਦੋਂ ਵੀ ਤੁਸ ਸੋਲਵ ਕਰਨਾ ਹੈਗਾ ਤਾਂ ਜਿੰਨੀ ਪੇਪਰ ਦੇ ਵਿੱਚ ਲਿਮਟ ਹੁੰਦੀ ਹੈ ਜਿਵੇਂ ਸਪੋਜ਼ ਕਰੋ ਜੇਕਰ ਪੇਪਰ ਦੇ ਵਿੱਚ 2 ਘੰਟੇ ਦੀ ਟਾਈਮ ਲਿਮਟ ਆ ਤਾਂ ਪ੍ਰੋਪਰ 2 ਘੰਟੇ ਦੀ ਟਾਈਮ ਲਿਮਟ ਲਗਾ ਕੇ ਜਿਹੜਾ ਮੌਕ ਟੈਸਟ ਆ ਉਹ ਸੋਲਵ ਕਰਨਾ ਜ਼ਰੂਰੀ ਹੈਗਾ ਠੀਕ ਹੈ ਜੀ ਪੇਪਰ ਲਾਈਕ এনवायरमेंट ਤਿਆਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਬਿਕੋਜ਼ ਪੇਪਰ ਵੀ ਨੀਅਰ ਫਿਊਚਰ ਦੇ ਵਿੱਚ ਹੈਗਾ ਸੋ ਇਹਦੇ ਨਾਲ ਕੀ ਹੋਊਗਾ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਉਹ ਪੇਪਰ ਦੇ ਨਾਲ ਅਲਾਈਨ ਹੋ ਜੂਗੀ ਠੀਕ ਹੈ ਜੀ ਸੋ ਜਦੋਂ ਵੀ ਮੌਕ ਟੈਸਟ ਤੁਸੀਂ ਦੇਣਾ ਹੈਗਾ ਨਾ ਤਾਂ ਉਹਨੂੰ ਤੁਸੀਂ ਇਸ ਤਰ੍ਹਾਂ ਮੰਨਣਾ ਕਿ ਲਾਈਕ ਤੁਸੀਂ ਐਕਚੁਅਲ ਪੇਪਰ ਕਰ ਰਹੇ ਹੋ ਠੀਕ ਹੈ ਜੀ ਸੋ ਉਸੇ ਤਰ੍ਹਾਂ ਹੀ ਤੁਸੀਂ ਕੀ ਕਰਨਾ ਹੈਗਾ ਆਪਦੇ ਰਾਊਂਡ ਦੇਣੇ ਹੈਗੇ ਆ ਤੁਸੀਂ ਉਸੇ ਤਰ੍ਹਾਂ ਪੇਪਰ ਅਟੈਂਪਟ ਕਰਨਾ ਮੌਕ ਟੈਸਟ ਜਿਵੇਂ ਤੁਸੀਂ ਉਹ ਉਸ ਪੇਪਰ ਵਾਲਦਨ ਕਰੋਗੇ ਜਿਵੇਂ ਜਿਹੜੇ ਤੁਹਾਨੂੰ ਪਹਿਲਾਂ ਆਉਂਦੇ ਹੈਗੇ ਆ ਉਹ ਤੁਸੀਂ ਫਸਟ ਰਾਉਂਡ ਦੇ ਵਿੱਚ ਕਰੋ ਠੀਕ ਹੈ ਨਾ ਜੋ ਤੁਹਾਨੂੰ ਕੁਐਸਚਨ ਨਹੀਂ ਆ ਰਹੇ ਮੌਕ ਟੈਸਟ ਦੇ ਵਿੱਚ ਉਹਨਾਂ ਨੂੰ ਸੈਕੰਡ ਰਾਉਂਡ ਦੇ ਲਈ ਛੱਡ ਲਓ ਜਿਹੜੇ ਸੈਕੰਡ ਰਾਉਂਡ ਦੇ ਵਿੱਚ ਵੀ ਤੁਸੀਂ ਡਾਊਟਫੁਲ ਹੋ ਉਹਨਾਂ ਨੂੰ ਥਰਡ ਰਾਉਂਡ ਲਈ ਛੱਡ ਲਓ ਠੀਕ ਹੈ ਨਾ ਬੇਕਰ ਜਿਸ ਤਰ੍ਹਾਂ ਦੀ ਦੇਖੋ ਤੁਸੀਂ ਆਪਦੀ ਮੈਂਟੈਲਿਟੀ ਮੌਕ ਟੈਸਟ ਦੇ ਵਿੱਚ ਰੱਖੋਗੇ ਨਾ ਉਹ ਹਿਊਮਨ ਮਾਈਂਡ ਇਸ ਤਰ੍ਹਾਂ ਦਾ ਹੁੰਦਾ ਇਹ ਉਹਨੂੰ ਅਡਾਪਟ ਕਰੂਗਾ ਕਿ ਹਿਊਮਨ ਮਾਈਂਡ ਨੂੰ ਕੀ ਪਤਾ ਕਿ ਤੁਸੀਂ ਮੌਕ ਟੈਸਟ ਕਰ ਰਹੇ ਹੋ ਜਾਂ ਤੁਸੀਂ ਐਕਚੁਅਲ ਪੇਪਰ ਕਰ ਰਹੇ ਹੋ ਠੀਕ ਹੈ ਨਾ ਇਹ ਤੁਸੀਂ ਆਪਦੇ ਮਾਈਂਡ ਨੂੰ ਇਨਸਟਰਕਟ ਕਰਨਾ ਹੈਗਾ ਠੀਕ ਹੈ ਜੀ ਜਿਸ ਤਰ੍ਹਾਂ ਦੀ ਮੈਂਟੈਲਿਟੀ ਤੁਹਾਡੀ ਮੌਕ ਟੈਸਟ ਦੇ ਵਿੱਚ ਹੋਊਗੀ ਜਿਸ ਜਿਸ ਵੇ ਨਾਲ ਤੁਸੀਂ ਮੌਕ ਟੈਸਟ ਅਟੈਂਪਟ ਕਰੋਗੇ ਉਸੇ ਵੇ ਨਾਲ ਹੀ ਜਾ ਕੇ ਤੁਸੀਂ ਐਕਚੁਅਲ ਪੇਪਰ ਅਟੈਂਪਟ ਕਰੋਗੇ ਸੋ ਮੇਕ ਸ਼ੋਰ ਕਰੋ ਕਿ ਮੌਕ ਟੈਸਟ ਨੂੰ ਤੁਸੀਂ ਬਹੁਤ ਵਧੀਆ ਵੇ ਨਾਲ ਅਟੈਂਪਟ ਕਰ ਰਹੇ ਹੋ ਠੀਕ ਹੈ ਨਾ ਮੌਕ ਟੈਸਟ ਦੇ ਬੱਚੋ ਦੇਖੋ ਤੁਸੀਂ ਐਲੀਮੀਨੇਸ਼ਨ ਜਿਹੜੀ ਟ੍ਰਿਕ ਹੈਗੀ ਆ ਉਹ ਸਿੱਖਣੀ ਹੈਗੀ ਹੈ ਬਿਕੋਜ਼ ਇਹ ਨਹੀਂ ਹੁੰਦਾ ਹੈਗਾ ਕਿ ਸਾਨੂੰ ਪੇਪਰ ਸਾਰੇ ਕੁਸ਼ਣ ਨਹੀਂ ਆਉਂਦੇ ਹੁੰਦੇ ਸੋ ਇਸ ਕਰਕੇ ਮੌਕ ਟੈਸਟ ਥਰੂ ਐਲੀਮੀਨੇਸ਼ਨ ਟ੍ਰਿਕ ਜਿਹੜੀ ਹੈਗੀ ਆ ਉਹ ਸਿੱਖਣ ਦੀ ਕੋਸ਼ਿਸ਼ ਕਰਨੀ ਹੈ ਇਸ ਤੋਂ ਇਲਾਵਾ ਮੌਕ ਟੈਸਟ ਤੋਂ ਤੁਹਾਨੂੰ ਇਹ ਵੀ ਜਾਣਕਾਰੀ ਮਿਲੂਗੀ ਕਿ ਪੇਪਰ ਦਾ ਕਿਹੜਾ ਸੈਕਸ਼ਨ ਤੁਸੀਂ ਪਹਿਲਾਂ ਕਰਨਾ ਹੈਗਾ ਮੀਨਸ ਕਿ ਤੁਸੀਂ ਮੈਥ ਰੀਜ਼ਨਿੰਗ ਪਹਿਲਾਂ ਸਟਾਰਟ ਕਰਨੀ ਆ ਜਾਂ ਤੁਸੀਂ ਜੀਐਸ ਪਹਿਲਾਂ ਸਟਾਰਟ ਕਰਨਾ ਹੈਗਾ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੌਕ ਟੈਸਟ ਦੇ ਵਿੱਚ ਸਿੱਖਣ ਨੂੰ ਮਿਲਣਗੀਆਂ ਸੋ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਪਤਾ ਲੱਗੂ ਮੌਕ ਟੈਸਟ ਦੇ ਕੇ ਕਿ whether you are able to complete your paper in proper time manner ਜੇਕਰ ਤੁਸੀਂ ਆਪਣਾ ਪੇਪਰ ਪ੍ਰੋਪਰ ਟਾਈਮ ਦੇ ਵਿੱਚ ਕੰਪਲੀਟ ਨਹੀਂ ਕਰ پا ਰਹੇ ਸੋ ਉਸ ਟਾਈਮ ਲਿਮਟ ਦੇ ਵਿੱਚ ਪੇਪਰ ਨੂੰ ਕਿਸ ਤਰ੍ਹਾਂ ਕੰਪਲੀਟ ਕਰਨਾ ਇਹ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰਨੀ ਹੈ ਅਗਲੇ ਨੈਕਸਟ ਮੌਕ ਟੈਸਟ ਦੇ ਵਿੱਚ ਠੀਕ ਹੈ ਜੀ ਸੋ that ਕਿ ਤੁਹਾਨੂੰ ਇਹ ਪ੍ਰੋਬਲਮ ਅੱਗੇ ਜਾ ਕੇ ਐਕਚੁਅਲ ਪੇਪਰ ਦੇ ਵਿੱਚ ਫੇਸ ਨਾ ਕਰਨੀ ਪਵੇ ਮੀਨਸ ਕਿ ਕੁਛ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਐਕਚੁਅਲ ਪੇਪਰ ਦੇ ਵਿੱਚ ਜਾ ਕੇ ਜੋ ਤੁਹਾਨੂੰ ਆਏ ਹੋਵੇ ਵੀ ਇਹ ਤਾਂ ਮੈਨੂੰ ਨਵਾਂ ਪਤਾ ਲੱਗਾ ਪੇਪਰ ਦੇ ਵਿੱਚ ਜਾ ਕੇ ਸੋ ਨਿਊ ਐਕਸਪੈਰੀਮੈਂਟ ਤੁਸੀਂ ਐਕਚੁਅਲ ਪੇਪਰ ਦੇ ਵਿੱਚ ਨਹੀਂ ਕਰਨੇ ਹੈਗੇ ਜੋ ਐਕਸਪੈਰੀਮੈਂਟ ਕਰਨੇ ਆ ਉਹ ਮੌਕ ਟੈਸਟ ਦੇ ਵਿੱਚ ਕਰੋ ਠੀਕ ਹੈ ਜੀ ਇਸਲਾਵਾ ਮੌਕ ਟੈਸਟ ਦੇ ਵਿੱਚ ਯੂ ਵਿਲ ਬੀ ਏਬਲ ਟੂ ਨੋ ਯੂਅਰ ਸਟਰੈਂਥਸ ਐਂਡ ਵੀਕਨੈਸਸ ਠੀਕ ਹੈ ਨਾ ਤੁਹਾਨੂੰ ਪਤਾ ਲੱਗ ਜਾਊਗਾ ਕਿਹੜਾ ਜਿਹੜਾ ਸਬਜੈਕਟ ਆ ਉਹ ਮੇਰੀ ਸਟਰੈਂਥ ਆ ਐਂਡ ਤੁਹਾਨੂੰ ਹੀ ਪਤਾ ਲੱਗੂਗਾ ਕਿ ਕੀ ਤੁਸੀਂ ਸਬਜੈਕਟ ਨੂੰ ਕਿਸੇ ਨੂੰ ਬਹੁਤ ਵਧੀਆ ਵੇ ਨਾਲ ਪ੍ਰਪੇਅਰ ਕੀਤਾ ਜਾਂ ਤੁਸੀਂ ਸਿਰਫ ਉੱਪਰ ਉੱਪਰ ਪੜ੍ਹ ਕੇ ਛੱਡਤਾ ਠੀਕ ਹੈ ਜੀ ਸੋ ਇਸ ਕਰਕੇ ਕੋਸ਼ਿਸ਼ ਕਰਨੀ ਹੈ ਕਿ ਮੌਕ ਟੈਸਟ ਨੂੰ ਚੰਗੀ ਤਰ੍ਹਾਂ ਐਨਲਾਈਜ਼ ਕਰਨਾ ਹੈਗਾ ਸੋ ਥੈਟ ਕਿ ਤੁਸੀਂ ਉਹ ਤੋਂ ਪ੍ਰੋਪਰ ਚੀਜ਼ਾਂ ਐਕਸਟ੍ਰੈਕਟ ਆਊਟ ਕਰ ਸਕੋ ਠੀਕ ਹੈ ਨਾ ਸੋ ਇਸ ਤੋਂ ਇਲਾਵਾ ਤੁਹਾਨੂੰ ਮੌਕ ਟੈਸਟ ਤੋਂ ਇਹ ਵੀ ਪਤਾ ਲੱਗੂਗਾ ਕਿ ਕਿਸ ਟਾਈਪ ਦੇ ਕੁਐਸਚਨ ਤੁਸੀਂ ਸਕਿੱਪ ਕਰਨੇ ਹੈਗੇ ਠੀਕ ਹੈ ਨਾ ਦੇਖੋ ਇਹ ਚੀਜ਼ ਬਹੁਤ ਇੰਪੋਰਟੈਂਟ ਹੁੰਦੀ ਹੈ because we know that there is a negative marking in paper so kis type de questions skip karne hain you should know theek hai ji so jadon mock test tusi dekho laga liya 2 ghante properly ta us to baad 1.5 to leke 2 ghanta hun analyze karan de upar lagao je kar tusi us to pehla means 1 ka ghante de vich bhi us nu no analyze kar sakde ho that's really good theek hai ji so meri dekho recommendation tonu ye hogi ki at least ਦੋ ਮੌਕ ਟੈਸਟ ਤੁਸੀਂ ਪੇਪਰ ਦੇ ਵਿੱਚ ਜਰੂਰ ਦਿਓ ਠੀਕ ਹੈ ਜੀ ਦੋ ਮੌਕ ਟੈਸਟ ਇੱਕ ਵੀਕ ਦੇ ਵਿੱਚ ਠੀਕ ਹੈ ਨਾ ਸੋ ਇਸ ਤੋਂ ਇਲਾਵਾ ਜੋ ਐਸਪੀਰੈਂਟ ਪਹਿਲਾਂ ਵੀ ਕਾਫੀ ਪੇਪਰ ਦੇ ਚੁੱਕੇ ਆ ਸੋ ਜੇਕਰ ਉਹ ਸਿਰਫ ਇੱਕ ਇਨ ਵੀਕ ਦੇਣਗੇ ਤਾਂ ਇਹ ਵੀ ਮੋਰ ਦਨ ਸਫੀਸ਼ੀਐਂਟ ਹੋਊਗਾ ਠੀਕ ਹੈ ਜੀ ਸੋ ਨੈਕਸਟ ਹੈਗਾ ਜੀ ਪ੍ਰੋਪਰ ਪਲਾਨਿੰਗ ਕਰਨਾ ਕਿ ਤੁਸੀਂ ਕਿਸ ਵੇ ਦੇ ਨਾਲ ਰਿਵੀਜ਼ਨ ਕਰਨੀ ਹੈਗੀਏ ਵੈਸੇ ਮੈਂ ਆਸਿਕ ਆਸ ਕਰਦਾ ਕਿ ਹੁਣ ਤੱਕ ਸਾਰੇ ਹੀ ਬੱਚਿਆਂ ਨੇ ਵਧੀਆ ਵੇ ਨਾਲ ਪਲਾਨਿੰਗ ਕਰ ਲਈ ਹੋਣੀ ਹੈ ਬਿਲਕੁਲ ਸ਼ਾਰਟਲੀ ਆਪਾਂ ਮੰਨ ਕੇ ਚੱਲੀਏ 20-25 ਦਿਨ ਹੀ ਰਹਿ ਗਏ ਨੇ ਪਟਵਾਰੇ ਦੇ ਪੇਪਰ ਦੇ ਵਿੱਚ ਤਾਂ ਐਂਡ ਐਕਸਾਈਜ਼ ਇਨਸਪੈਕਟਰ ਦੇ ਵਿੱਚ ਥੋੜਾ ਜਿਆਦਾ ਟਾਈਮ ਪਿਆ ਹੈਗਾ ਸੋ ਇਸ ਕਰਕੇ ਸਾਰੇ ਬੱਚਿਆਂ ਨੇ ਪਹਿਲਾਂ ਹੀ ਵਧੀਆ ਪਲਾਨਿੰਗ ਆਪਣੀ ਕਰ ਲਈ ਹੋਣੀ ਹੈ ਸੋ ਪਲਾਨਿੰਗ ਦਾ ਦੇਖੋ मीनिंग ਕੀ ਹੁੰਦਾ ਥੋੜੀ ਡੇ ਦੀ ਪਲਾਨਿੰਗ ਹੋਣੀ ਚਾਹੀਦੀ ਹੈ ਐਂਡ ਤੁਹਾਡੀ ਵੀਕ ਦੀ ਪਲਾਨਿੰਗ ਹੋਣੀ ਚਾਹੀਦੀ ਠੀਕ ਹੈ ਜੀ ਸੋ ਨੂੰ ਦੇਖੋ ਪਤਾ ਹੋਣਾ ਚਾਹੀਦਾ ਕਿ ਐਨੇ ਤਰੀਕ ਨੂੰ ਐਨੇ ਵਜੇ ਮੈਂ ਆ ਕੰਮ ਕਰਨਾ ਹੈਗਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਨ ਹਾਊ ਮੈਨੀ ਡੇਸ ਯੂ ਵਿਲ ਬੀ ਏਬਲ ਟੂ ਰਿਵਾਈਜ਼ ਪੋਲੀਟੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਦਿਨਾਂ ਦੇ ਵਿੱਚ ਮੈਂ ਮਾਡਰਨ ਹਿਸਟਰੀ ਕੰਪਲੀਟ ਕਰ ਲੂੰਗਾ ਠੀਕ ਹੈ ਜੀ ਸੋ ਇਸ ਚੀਜ਼ ਨੂੰ ਆਪਾਂ ਪ੍ਰੋਪਰ ਪਲਾਨਿੰਗ ਕਰਨੀ ਹੁੰਦੀ ਹੈ ਐਂਡ ਇੱਕ ਹੋਰ ਚੀਜ਼ ਦੇਖੋ ਤੁਸੀਂ ਧਿਆਨ ਰੱਖਣੀ ਹੈਗੀ ਹੈ ਕਿ ਸਪੈਸ਼ਲ ਪਲਾਨਿੰਗ ਕਰਨੀ ਹੈਗੀ ਹੈ ਤੁਸੀਂ 1 ਵੀਕ ਬਿਫੋਰ ਪੇਪਰ ਇਹ ਬੜਾ ਹੀ ਕ੍ਰੂਸ਼ਲ ਹੁੰਦਾ ਹੈਗਾ ਠੀਕ ਹੈ ਜੀ ਰਿਵੀਜ਼ਨ ਦੇਖੋ ਇੱਕ ਬਹੁਤ ਕ੍ਰੂਸ਼ਲ ਪਾਰਟ ਹੁੰਦੀ ਹੈ ਕਿਸੇ ਵੀ ਪੇਪਰ ਨੂੰ ਕਲੀਅਰ ਕਰਨ ਦੇ ਵਿੱਚ ਮੰਨ ਲਓ ਤੁਸੀਂ ਬਹੁਤ ਵਧੀਆ ਵੇ ਨਾਲ ਆਪਣੀ ਤਿਆਰੀ ਕੀਤੀ ਹੋਈ ਆ ਲੇਕਿਨ ਜੇਕਰ ਤੁਸੀਂ ਉਸ ਪੜ੍ਹੇ ਹੋਏ ਨੂੰ ਵਧੀਆ ਢੰਗ ਨਾਲ ਰਿਵਾਈਜ਼ ਨਹੀਂ ਕਰ पाए ਤਾਂ ਤੁਸੀਂ ਪੇਪਰ ਦੇ ਵਿੱਚ ਵਧੀਆ ਪਰਫਾਰਮ ਨਹੀਂ ਕਰ ਪਾਉਗੇ ਸੋ ਇਸ ਕਰਕੇ ਪੜ੍ਹਿਆ ਹੋਈ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਨਾ ਬਹੁਤ ਇੰਪੋਰਟੈਂਟ ਹੁੰਦਾ ਸੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਪੇਪਰ ਤੋਂ ਇੱਕ ਵੀਕ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰਨਾ ਬਿਕੋਜ਼ ਤੁਹਾਡਾ ਜਿਹੜਾ ਮਾਈਂਡਸੈਟ ਹੁੰਦਾ ਠੀਕ ਹੈ ਨਾ ਉਸ ਵੇਲੇ ਪ੍ਰੈਸ਼ਰ ਦੇ ਵਿੱਚ ਆ ਚੁੱਕਿਆ ਹੁੰਦਾ ਸੋ ਉਸ ਪ੍ਰੈਸ਼ਰ ਕੰਡੀਸ਼ਨ ਦੇ ਵਿੱਚ ਅਸੀਂ ਸੋਚ ਨਹੀਂ ਪਾਉਂਦੇ ਹੈਗੇ ਕਿ ਹੁਣ ਮੈਂ ਕੀ ਪੜਾਂ ਤੇ ਕੀ ਨਾ ਪੜਾਂ ਸੋ ਹੁਣ ਤੁਹਾਡੇ ਕੋਲ ਟਾਈਮ ਹੈਗਾ ਯੂ ਹੈਵ ਅ ਟਾਈਮ ਟੂ ਥਿੰਕ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਈ ਸਪੈਸ਼ਲੀ ਪੇਪਰ ਤੋਂ 2-3 ਦਿਨ ਪਹਿਲਾਂ ਵੀ ਮੈਂ ਕੀ ਕਰਨਾ ਹੈਗਾ ਠੀਕ ਹੈ ਨਾ ਜਿਵੇਂ ਪੇਪਰ 2 ਦਿਨ ਤੋਂ ਪਹਿਲਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਜੋ ਮੈਪ ਦੇ ਉੱਪਰ ਚੀਜ਼ਾਂ ਹੈਗੀਆਂ ਉਹ ਰਿਵਾਈਜ਼ ਕਰ ਸਕਦੇ ਹੋ ਠੀਕ ਹੈ ਨਾ ਤੁਸੀਂ ਇਹ ਦੇਖ ਸਕਦੇ ਹੋ ਕਿ ਬਲੈਕ ਸੀ ਦੇ ਆਰਾਊਂਡ ਕਿਹੜੇ ਆ ਕੰਟਰੀਜ਼ ਆ ਤੁਸੀਂ ਇਹ ਦੇਖ ਸਕਦੇ ਹੋ ਕਿ ਇੰਡੀਆ ਦੇ ਅਰਾਊਂਡ ਕਿਹੜੇ-ਕਿਹੜੇ ਨੇਬਰਿੰਗ ਕੰਟਰੀਜ਼ ਹੈਗੀਆਂ ਨੇ ਠੀਕ ਹੈ ਨਾ ਐਂਡ ਹੋਰ ਤੁਸੀਂ ਪ੍ਰੋਪਰ ਮਾਊਂਟੇਨ ਦੇਖ ਸਕਦੇ ਹੋ ਰਿਵਰ ਦਾ ਜੋ ਮੈਪ ਹੈਗਾ ਉਹ ਦੇਖ ਸਕਦੇ ਹੋ ਠੀਕ ਹੈ ਨਾ ਇਸ ਤੋਂ ਇਲਾਵਾ ਤੁਸੀਂ ਇੰਪੋਰਟੈਂਟ ਆਰਟੀਕਲਸ ਜਿਹੜੇ ਹੈਗੇ ਆ ਉਹ ਪੇਪਰ 2-3 ਦਿਨ ਪਹਿਲਾਂ ਜਿਹੜੇ ਦਿਨ ਹੈਗੇ ਉਹਨਾਂ ਦੇ ਵਿੱਚ ਪੜਨੇ ਹੈਗੇ ਆ ਜਾਂ ਤੁਸੀਂ এনवायरमेंट ਪੋਰਸ਼ਨ ਦੀ ਗੱਲ ਕਰਾਂ ਰਾਮਸਰ ਸਾਈਟਸ ਦੇਖ ਸਕਦੇ ਹੋ ਤੁਸੀਂ ਨੈਸ਼ਨਲ ਪਾਰਕਸ ਦੇਖ ਸਕਦੇ ਹੋ ਠੀਕ ਹੈ ਨਾ ਸੋ ਇਸ ਤਰ੍ਹਾਂ ਜਿਹੜੀਆਂ ਕੀ ਚੀਜ਼ਾਂ ਹੈਗੀਆਂ ਉਹ ਤੁਸੀਂ ਪੇਪਰ 2-3 ਦਿਨ ਪਹਿਲਾਂ ਪੜਨੇ ਹੈਗੀਆਂ ਨੇ ਠੀਕ ਹੈ ਨਾ ਜਾਂ ਇੰਪੋਰਟੈਂਟ ਮੈਥ ਦੇ ਫਾਰਮੂਲੇਜ਼ ਹੋ ਗਏ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਜਿਹੜੀਆਂ ਛੋਣੇ ਛੋਣੇ ਚੀਜ਼ਾਂ ਹੈਗੀਆਂ ਐਂਡ ਇਹ ਚੀਜ਼ਾਂ ਇੰਪੋਰਟੈਂਟ ਹੈਗੀਆਂ ਇਹ ਤੁਸੀਂ ਪੇਪਰ ਤੋਂ ਦੋ ਦਿਨ ਪਹਿਲਾਂ ਪੜ੍ਹਨੇ ਹੈਗੀਆਂ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਆਪਦੀ ਜਿਹੜੀ ਪ੍ਰੋਪਰ ਰਿਵੀਜ਼ਨ ਦੀ ਸਟ੍ਰੈਟੇਜੀ ਹੈਗੀ ਆ ਉਹ ਸੈੱਟ ਕਰਨੀ ਹੈਗੀ ਐ ਸੋ ਇਸ ਤੋਂ ਇਲਾਵਾ ਦੇਖੋ ਜੀ ਆਪਣਾ ਜਿਹੜਾ ਮਾਈਂਡ ਸੈੱਟ ਹੈਗਾ ਉਹ ਪੋਜ਼ਿਟਿਵ ਰੱਖਣਾ ਹੈਗਾ ਤੁਸੀਂ ਜਿੰਨਾ ਵੱਧ ਤੋਂ ਵੱਧ ਮਾਈਂਡ ਸੈੱਟ ਤੁਸੀਂ ਪੋਜ਼ਿਟਿਵ ਰੱਖੋਗੇ ਓਨੀ ਵੱਧ ਤੋਂ ਵੱਧ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਰੀਟੇਨਿੰਗ ਪਾਵਰ ਆ ਉਹ ਜ਼ਿਆਦਾ ਹੋ ਰਹੀ ਆ ਓਨਾ ਹੀ ਤੁਸੀਂ ਦੇਖੋਗੇ ਕਿ ਤੁਹਾਡੇ ਪੇਪਰ ਨੂੰ ਲੈ ਕੇ ਵੀ ਜਿਹੜੇ ਥਾਟਸ ਹੈਗੇ ਆ ਉਹ ਚੰਗੇ ਬਣ ਰਹੇ ਆ ਠੀਕ ਹੈ ਨਾ ਸੋ ਜਿੰਨੇ ਚੰਗੇ ਥਾਟਸ ਤੁਹਾਡੇ ਬਣਨਗੇ ਨਾ ਓਨੀ ਤੁਹਾਡੀ ਪੇਪਰ ਕਲੀਅਰ ਕਰਨ ਦੀ ਤਾਕਤ ਹੈਗੀ ਆ ਉਹ ਵਧੂਗੀ ਬਿਕੋਸ ਦੇਖੋ ਤੁਸੀਂ ਦੇਖਿਆ ਹੋਣਾ ਕਿ ਜੋ ਕਾਮਨ ਬੁక్స్ ਹੈਗੀਆਂ ਉਹ ਸਾਰੇ ਟਾਪਰ ਪੜ੍ਹ ਰਹੇ ਆ ਠੀਕ ਹੈ ਨਾ ਸਾਰਿਆਂ ਨੂੰ ਪਤਾ ਲక్ష్ਮੀ ਗਾਂਤ ਲਈ ਪੋਲੀਟੀ ਪੜ੍ਹਨੀ ਆ ਸਾਰਿਆਂ ਨੂੰ ਪਤਾ ਕਿ ਸਪੈਕਟ੍ਰਮ ਆਪਾਂ ਮਾਡਰਨ ਸਟੇਟ ਲਈ ਪੜ੍ਹਨੀ ਆ ਪਰ ਫਰਕ ਕਿੱਥੇ ਆਉਂਦਾ ਫਰਕ ਆਉਂਦਾ ਹੈਗਾ ਮਾਈਂਡ ਸੈਟ ਦੇ ਵਿੱਚ ਠੀਕ ਹੈ ਜੀ ਬਿਕੋਸ ਟਾਪਰਸ ਨੂੰ ਪਤਾ ਕੇ ਸਾਡੇ ਵਿੱਚ ਤਾਕਤ ਹੈਗੀ ਆ ਸਾਡੇ ਵਿੱਚ ਐਬਿਲਿਟੀ ਹੈਗੀ ਆ ਅਸੀਂ ਕਰ ਸਕਦੇ ਆ ਐਂਡ ਜਦੋਂ ਇਹ ਚੀਜ਼ਾਂ ਆਪਣੇ ਅੰਦਰ ਆਉਂਦੀਆਂ ਹੈਗੀਆਂ ਤਾਂ ਉਹ ਆਪਣੇ ਅੰਦਰੋਂ ਇੱਕ ਕੰਫੀਡੈਂਸ ਇੰਡਰੇਟ ਕਰਦੇ ਹੈਗੇ ਆ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠੇ ਹੋਏ ਵੀ ਸੋ ਇਹ ਚੀਜ਼ਾਂ ਸਾਨੂੰ ਜਿੱਤਣ ਦੇ ਵਿੱਚ ਹੈਲਪ ਕਰਦੀਆਂ ਠੀਕ ਹੈ ਜੀ ਸੋ ਪ੍ਰੋਪਰ ਵੇ ਨਾਲ ਤਿਆਰੀ ਕਰੋ ਸੋ ਇਸ ਵੀਡੀਓ ਦੇ ਪਾਰਟ 2 ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿਹੜੇ-ਕਿਹੜੇ ਚੀਜ਼ਾਂ ਆਪਾਂ ਨਹੀਂ ਕਰਨੀਆਂ ਹੈਗੀਆਂ ਸੋ ਸਾਰਿਆਂ ਨੇ properly ਆਉਦੀ ਰਿਵੀਜ਼ਨ ਵਲ ਧਿਆਨ ਰੱਖਣਾ ਹੈਗਾ ਆਪਦੇ ਮਾਈਂਡਸੈਟ ਨੂੰ ਪੋਜ਼ਿਟਿਵ ਰੱਖਣਾ ਹੈਗਾ ਥੈਂਕ ਯੂ